ਤਾਂ ਇੱਕ ਪਹਿਲੂ ਭਾਈ ਪੰਜਾਬ ਦੇ ਵਿੱਚ ਵੋਟਾਂ ਨੂੰ ਲੈ ਕੇ ਵੀ ਹੈ। ਵੋਟ ਪਰਸੈਂਟ ਚੋਣ ਕਮਿਸ਼ਨ ਦੇ ਹਵਾਲੇ ਨਾਲ ਵੀ ਘਟਿਆ ਅਤੇ ਪਾਰਟੀਆਂ ਦੇ ਹਵਾਲੇ ਨਾਲ ਵੀ ਘਟਿਆ। ਮਤਲਬ ਇੱਕ ਪਾਸੇ ਬਠਿੰਡਾ ਜਿੱਥੇ 70% ਤੱਕ ਜਾ ਰਿਹਾ, ਇੱਕ ਪਾਸੇ ਅੰਮ੍ਰਿਤਸਰ ਹੈ ਜਿੱਥੇ 56% ਤੱਕ ਰਹਿ ਰਿਹਾ। ਪਾੜਾ ਬਹੁਤ ਹੈ। ਬੇਸ਼ੱਕ ਔਸਤਨ 62.80 ਮਤਲਬ 63 ਦੇ ਲਗਭਗ ਬਣਦਾ, ਪਰ ਉਹਦੇ ਬਾਵਜੂਦ ਵੀ ਮਤਲਬ ਆਹ ਪਾੜਾ ਜਿਹੜਾ 70% ਹੈ ਨਾ, ਅਤੇ ਕਿਤੇ 56%, ਫਿਰ ਪਿਛਲੀ ਵਾਰ ਨਾਲੋਂ ਵੀ ਕਿੱਥੇ ਕਿੱਥੇ ਕਿੰਨੀ ਘੱਟ ਪਈ ਵੋਟ, ਇਹ ਵੀ ਇੱਕ ਹਵਾਲਾ ਹੈ। ਚਲੋ ਪਹਿਲਾਂ ਆਪਾਂ ਓਵਰਆਲ ਝਾਤ ਮਾਰੀਏ। ਪੰਜਾਬ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਲੋਕ ਸਭਾ ਚੋਣਾਂ 'ਚ ਜੇਕਰ ਵੋਟਾਂ ਪਈਆਂ ਨੇ ਤਾਂ ਸੰਨ 1967 ਦੇ ਵਿੱਚ ਪਈਆਂ ਨੇ, 71% ਤੋਂ ਵੱਧ। 71.13% ਵੋਟ 1967 'ਚ ਪਈ ਸੀ, ਅਤੇ ਜੇਕਰ ਪਿਛਲੀ ਵਾਰ ਦੀ ਗੱਲ ਕਰੀਏ 2019 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ 66% ਲਗਭਗ ਵੋਟ ਪਈ ਸੀ, 65.96%। ਇਸ ਵਾਰ ਉਹਦੇ ਨਾਲੋਂ ਵੀ 3.16% ਘੱਟ ਪਈ ਅਤੇ 62.80% ਪਈ। ਸਭ ਤੋਂ ਵੱਧ ਵੋਟ ਜੇਕਰ ਕਿਤੇ ਪਈ ਹੈ ਤਾਂ ਉਹ ਬਠਿੰਡਾ 'ਚ ਪਈ ਹੈ, ਜਿੱਥੇ 69.36% ਵੋਟ ਪੋਲ ਹੋਈ ਹੈ। ਉਸ ਤੋਂ ਬਾਅਦ ਜੇਕਰ ਵਾਰੀ ਆਉਂਦੀ ਹੈ ਕਿਸੇ ਦੀ ਤਾਂ ਉਹ ਫਿਰੋਜ਼ਪੁਰ ਲੋਕ ਸਭਾ ਹਲਕਾ ਹੈ, ਜਿੱਥੋਂ 67.2% ਵੋਟ ਪਈ ਹੈ। ਉਹ ਤੋਂ ਬਾਅਦ ਜੇਕਰ ਕੋਈ ਹਲਕਾ ਹੈਗਾ ਤਾਂ ਗੁਰਦਾਸਪੁਰ ਹੈ, ਜਿੱਥੇ 66.67% ਵੋਟ ਪਈ ਹੈ। ਮਤਲਬ ਗੁਰਦਾਸਪੁਰ 66 ਹੈ, ਫਿਰੋਜ਼ਪੁਰ 67 ਹੈ, ਅਤੇ ਬਠਿੰਡਾ 69 ਤੋਂ ਵੀ ਜ਼ਿਆਦਾ। ਸੋ ਇਸ ਤਰ੍ਹਾਂ ਇਹ ਤਿੰਨ ਉਹ ਨੇ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਭਾਈ ਇਹ 65% ਤੋਂ ਉੱਪਰ ਵਾਲੇ ਹਲਕੇ ਨੇ। ਇਹ ਤੋਂ ਬਾਅਦ ਜੇਕਰ 60% ਤੋਂ ਉੱਪਰ ਵਾਲੇ ਦੇਖਣੇ ਹੋਣ ਤਾਂ 10 ਹਲਕੇ ਬਣਦੇ ਆ, 3 ਇਹ ਅਤੇ 7 ਹੋਰ ਜਿਹਨਾਂ 60% ਤੋਂ ਉੱਪਰ ਰਹੀ। ਗੁਰਦਾਸਪੁਰ ਤੋਂ ਬਾਅਦ ਸੰਗਰੂਰ ਆਉਂਦਾ ਜਿੱਥੇ 64.63% ਵੋਟ ਪਈ ਹੈ। ਪਟਿਆਲਾ ਆਉਂਦਾ ਜਿੱਥੇ 63.63% ਵੋਟ ਪਈ ਹੈ। ਫਰੀਦਕੋਟ ਆਉਂਦਾ ਜਿੱਥੇ 63.34% ਵੋਟ ਪਈ ਹੈ। ਖਡੂਰ ਸਾਹਿਬ ਆਉਂਦਾ ਜਿੱਥੇ 62.55% ਵੋਟ ਪਈ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦਾ 62.53% ਵੋਟ ਪਈ ਹੈ। ਸ਼੍ਰੀ ਅਨੰਦਪੁਰ ਸਾਹਿਬ ਆਉਂਦਾ 61.98 ਲਗਭਗ 62% ਵੋਟ ਪਈ ਹੈ, ਅਤੇ ਲੁਧਿਆਣਾ 60.12। 60 ਤੋਂ ਲੈ ਕੇ 69 ਤੱਕ ਇਹ 10 ਲੋਕ ਸਭਾ ਹਲਕੇ ਨੇ, ਅਤੇ ਸਭ ਤੋਂ ਘੱਟ ਜਿਹੜੇ 3 ਲੋਕ ਸਭਾ ਹਲਕਿਆਂ 'ਚ ਵੋਟ ਪਈ ਉਹਨਾਂ 'ਚ ਜਲੰਧਰ 59.70, 60 ਤੋਂ ਵੀ ਘੱਟ ਰਹਿ ਗਈ। ਇਸੇ ਤਰ੍ਹਾਂ ਹੁਸ਼ਿਆਰਪੁਰ 58.86%, ਅਤੇ ਸਭ ਤੋਂ ਘੱਟ ਅੰਮ੍ਰਿਤਸਰ 56.06%। ਸੋ ਇਹ ਇਸ ਹਵਾਲੇ ਨਾਲ ਵੀ ਪਹਿਲੂ ਹੈਗਾ। ਹਾਂ, ਜੇਕਰ ਹੁਣ ਦੂਸਰੇ ਨਜ਼ਰੀਏ ਤੋਂ ਦੇਖਣਾ ਹੋਵੇ ਤੁਸੀਂ ਕਿ ਪਿਛਲੀ ਵਾਰ ਦੇ ਮੁਕਾਬਲੇ ਜੇਕਰ ਆਪਾਂ ਜਾਈਏ ਤਾਂ ਪਿਛਲੀ ਵਾਰ ਦੇ ਮੁਕਾਬਲੇ ਸਿਰਫ 3 ਕੁ ਲੋਕ ਸਭਾ ਹਲਕੇ ਨੇ ਜਿੱਥੇ ਵੱਧ ਵੋਟ ਪਈ ਹੈ। ਪਿਛਲੀ ਵਾਰ 2019 ਦੀਆਂ ਵੋਟਾਂ ਦੇ ਨਾਲੋਂ ਬਠਿੰਡਾ ਬੇਸ਼ੱਕ ਸਭ ਤੋਂ ਵੱਧ ਵੋਟਾਂ ਪਈਆਂ ਨੇ ਇਸ ਵਾਰ, ਪਰ ਪਿਛਲੀ ਵਾਰ ਨਾਲੋਂ 57,000 ਵੋਟ ਘੱਟ ਪਈ ਹੈ। ਅੰਮ੍ਰਿਤਸਰ ਪਰਸੈਂਟੇਜ ਦੇ ਹਿਸਾਬ ਨਾਲ ਸਭ ਤੋਂ ਘੱਟ ਵੋਟ ਪੈ ਰਹੀ ਹੈ ਇਸ ਵਾਰ, ਪਰ ਅੰਮ੍ਰਿਤਸਰ 'ਚ ਪਿਛਲੀ ਵਾਰ ਨਾਲੋਂ 42,000 ਵੋਟ ਵੱਧ ਪਈ ਹੈ, ਇੱਕ ਨਵਾਂ ਵੈਲਿਊ। ਜੀ ਹਾਂ, ਬਠਿੰਡਾ ਲੋਕ ਸਭਾ ਹਲਕਾ 2019 ਦੇ ਵਿੱਚ 12,02,593 ਵੋਟ ਸੀ, 2024 ਦੇ ਵਿੱਚ 11,45,241 ਵੋਟ ਰਹਿ ਗਈ। ਮਤਲਬ 57,352 ਵੋਟਾਂ ਘੱਟ ਪਈਆਂ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਫਿਰੋਜ਼ਪੁਰ ਹਲਕਾ। ਫਿਰੋਜ਼ਪੁਰ ਹਲਕੇ 'ਚ 2019 ਦੇ ਵਿੱਚ 11,72,801 ਵੋਟ ਪਈ ਸੀ, ਇਸ ਵਾਰ 11,19,167 ਵੋਟ ਪਈ ਹੈ, 53,634 ਵੋਟਾਂ ਪਿਛਲੀ ਵਾਰ ਨਾਲੋਂ ਘੱਟ ਪਈਆਂ। ਇਸੇ ਕੜੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਤੀਸਰਾ ਲੋਕ ਸਭਾ ਹਲਕਾ ਆਉਂਦਾ ਲੁਧਿਆਣਾ।
ਲੁਧਿਆਣੇ ਦੇ ਵਿੱਚ ਪਿਛਲੀ ਵਾਰ ਪਈਆਂ ਸੀ 10,47,025 ਵੋਟਾਂ, ਇਸ ਵਾਰ ਪਈਆਂ 10,57,272, ਵੱਧ ਗਈਆਂ, ਇੱਥੇ ਵੱਧ ਵੋਟ ਹੈ ਨਾ, ਜਦੋਂ ਕਿ ਇੱਧਰ 57,000 ਵੋਟ ਘੱਟ ਹੈ ਬਠਿੰਡਾ ਦੇ ਵਿੱਚ, ਫਿਰੋਜ਼ਪੁਰ ਦੇ ਵਿੱਚ 53,000 ਵੋਟ ਘੱਟ ਹੈ। ਹੈਂ, ਉਹ ਤੋਂ ਬਾਅਦ ਜੇਕਰ ਆਪਾਂ ਇਸੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ 48,000 ਵੋਟ ਘੱਟ ਪਈ ਹੈ ਹੁਸ਼ਿਆਰਪੁਰ ਦੇ ਵਿੱਚ। ਪਿਛਲੀ ਵਾਰ 9,91,665 ਵੋਟ ਸੀ, ਇਸ ਵਾਰ 9,42,766 ਵੋਟ ਹੈ, 48,899 ਵੋਟਾਂ ਪਿਛਲੀ ਵਾਰ ਨਾਲੋਂ ਘੱਟ ਪਈਆਂ। ਇਸੇ ਤਰ੍ਹਾਂ 34,280 ਦੇ ਕਰੀਬ ਵੋਟਾਂ ਗੁਰਦਾਸਪੁਰ 'ਚ ਪਿਛਲੀ ਵਾਰ ਨਾਲੋਂ ਘੱਟ ਪਈਆਂ। ਇਸੇ ਤਰ੍ਹਾਂ ਫਿਰ ਜੇਕਰ ਗੱਲ ਕਰੀਏ ਆਪਾਂ ਤਾਂ ਹਲਕਾ ਆਉਂਦਾ ਜੀ ਜਲੰਧਰ, 31,895 ਵੋਟ ਪਿਛਲੀ ਵਾਰ ਨਾਲੋਂ ਘੱਟ ਪਈ ਆ। ਫਿਰ ਹਲਕਾ ਆਉਂਦਾ ਜੀ ਇਹ ਤੋਂ ਬਾਅਦ 29,430 ਵੋਟਾਂ ਪਟਿਆਲਾ ਹਲਕੇ 'ਚ ਪਿਛਲੀ 2019 ਦੀਆਂ ਲੋਕ ਸਭਾ ਚੋਣਾਂ ਨਾਲੋਂ ਘੱਟ ਪਈਆਂ। ਹੈਂ, ਅਤੇ ਇਸੇ ਕੜੀ ਦੇ ਵਿੱਚ ਫਿਰ ਸ਼੍ਰੀ ਫਤਿਹਗੜ੍ਹ ਸਾਹਿਬ ਹਲਕਾ, 16,378 ਵੋਟ ਪਿਛਲੀ ਵਾਰ ਨਾਲੋਂ ਘੱਟ ਪਈ ਹੈ। ਇਸੇ ਕੜੀ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਹਲਕਾ, 8,452 ਵੋਟ ਪਿਛਲੀ ਵਾਰ ਨਾਲੋਂ ਘੱਟ ਪਈ ਹੈ। ਹੈਂ, ਅਤੇ ਇਸ ਤੋਂ ਬਾਅਦ ਇਸ ਕੜੀ ਦੇ ਵਿੱਚ ਹਲਕਾ ਆਉਂਦਾ ਜੀ ਅਨੰਦਪੁਰ ਸਾਹਿਬ, 8,452 ਵੋਟ ਘੱਟ ਪਈ ਹੈ। ਅਤੇ 9ਵੇਂ ਨੰਬਰ ਦੇ ਉੱਤੇ ਖਡੂਰ ਸਾਹਿਬ, 4,902 ਵੋਟ ਪਿਛਲੀ ਵਾਰ ਨਾਲੋਂ ਘੱਟ ਪਈ ਹੈ। ਅਤੇ ਇਸ ਤਰ੍ਹਾਂ ਤਿੰਨ ਹਲਕੇ 1,200 ਸਭ ਤੋਂ ਘੱਟ ਜੇਕਰ ਕਿਤੇ ਫਰਕ ਆਇਆ ਤਾਂ ਸੰਗਰੂਰ 'ਚ ਆਇਆ। ਸੰਗਰੂਰ 'ਚ ਪਿਛਲੀ ਵਾਰ 11,07,256 ਵੋਟ ਸੀ, ਇਸ ਵਾਰ 11,06,048 ਵੋਟ ਹੈ, ਮਤਲਬ 1,208 ਵੋਟਾਂ ਘੱਟ ਪਈਆਂ ਪਿਛਲੀ ਵਾਰ ਨਾਲ। ਜੇਕਰ ਕਮੀ ਵਾਲੇ ਪਾਸੇ ਨਾਲ ਦੇਖਣਾ ਤਾਂ ਸਭ ਤੋਂ ਜ਼ਿਆਦਾ ਫਰਕ ਜਿੱਥੇ ਹੈਗਾ ਤਾਂ ਉਹ ਬਠਿੰਡਾ 'ਚ ਹੈ, ਜਦੋਂ ਕਿ ਵੋਟ ਪਰਸੈਂਟੇਜ ਬਠਿੰਡਾ ਨੰਬਰ 1 'ਤੇ ਹੈ ਇਸ ਵਾਰ, ਪਰ ਪਿਛਲੀ ਵਾਰ ਨਾਲੋਂ 57,000 ਵੋਟਾਂ ਘੱਟ ਨੇ। ਜਦੋਂ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਸਭ ਤੋਂ, ਸੰਗਰੂਰ ਹਲਕੇ ਦੇ ਵਿੱਚ ਸਭ ਤੋਂ ਘੱਟ 1,208 ਦਾ ਫਰਕ ਰਿਹਾ ਪਿਛਲੀ ਵਾਰ ਨਾਲੋਂ। ਹਾਂ, ਤਿੰਨ ਲੋਕ ਸਭਾ ਹਲਕੇ ਅਜਿਹੇ ਨੇ ਜਿੱਥੇ ਪਿਛਲੀ ਵਾਰ ਨਾਲੋਂ ਵੱਧ ਵੋਟ ਪਈ ਹੈ, ਜਿਨ੍ਹਾਂ ਦੇ ਵਿੱਚ ਲੁਧਿਆਣਾ ਹਲਕਾ ਵੀ ਹੈ, ਜਿਨ੍ਹਾਂ ਦੇ ਵਿੱਚ ਫਰੀਦਕੋਟ ਹਲਕਾ ਵੀ ਹੈ, ਅਤੇ ਜਿਹਦੇ ਵਿੱਚ ਅੰਮ੍ਰਿਤਸਰ ਹਲਕਾ ਵੀ ਹੈ। ਅੰਮ੍ਰਿਤਸਰ 'ਚ ਵੋਟ ਪ੍ਰਤੀਸ਼ਤ ਸਭ ਤੋਂ ਘੱਟ ਹੈ, ਪਰ ਪਿਛਲੀ ਵਾਰ ਨਾਲੋਂ ਸਭ ਤੋਂ ਵੱਧ ਵੋਟਾਂ ਇੱਥੇ ਪਈਆਂ, 42,000। ਕਿਸੇ ਵੀ ਹਲਕੇ 'ਚ ਇੰਨਾ ਫਰਕ ਨਹੀਂ ਹੈਗਾ, ਜੇ ਹਲਕੇ ਤਿੰਨੇ ਅਜਿਹੇ ਨੇ ਜਿੱਥੇ ਵੱਧ ਵੋਟ ਪਈ ਹੈ, 42,624 ਵੋਟ ਵੱਧ ਪਈ ਹੈ ਅੰਮ੍ਰਿਤਸਰ ਹਲਕੇ 'ਚ। ਪਿਛਲੀ ਵਾਰ 8,60,582 ਵੋਟਾਂ ਪੋਲ ਹੋਈਆਂ, ਇਸ ਵਾਰ 9,03,206 ਵੋਟਾਂ ਪੋਲ ਹੋਈਆਂ, ਸੋ 42,624 ਵੋਟ ਪਿਛਲੀ ਵਾਰ ਨਾਲੋਂ ਵੱਧ ਪੋਲ ਹੋਈ ਹੈ। ਇਸੇ ਕੜੀ ਦੇ ਵਿੱਚ ਦੂਸਰੇ ਨੰਬਰ ਦੇ ਉੱਤੇ ਫਰੀਦਕੋਟ ਹਲਕਾ ਆਉਂਦਾ, ਜਿੱਥੇ ਪਿਛਲੀ ਵਾਰ 9,75,242 ਵੋਟ ਪੋਲ ਹੋਈ ਸੀ, ਇਸ ਵਾਰ 10,09,637 ਵੋਟ ਪੋਲ ਹੋਈ ਹੈ, ਲਗਭਗ 34,395 ਵੋਟਾਂ ਵੱਧ ਪੋਲ ਹੋਈਆਂ। ਅਤੇ ਤੀਸਰਾ ਇਸ ਦੇ ਵਿੱਚ ਆਉਂਦਾ ਜੀ ਲੁਧਿਆਣਾ, ਜਿੱਥੇ 10,247 ਵੋਟ ਵੱਧ ਪੋਲ ਹੋਈ ਹੈ ਪਿਛਲੀ ਵਾਰ ਨਾਲੋਂ, 10,47,025 ਵੋਟਾਂ ਪਿਛਲੀ ਵਾਰ ਪੋਲ ਹੋਈਆਂ, ਇਸ ਵਾਰ 10,57,272, 10,247 ਵੋਟ ਵੱਧ ਪੋਲ ਹੋ ਗਈ। ਸੋ ਬੇਸ਼ੱਕ 10 ਲੱਖ ਤੋਂ ਪਾਰ ਵਾਲੇ 9 ਲੋਕ ਸਭਾ ਹਲਕੇ ਹੈ, 13 ਚੋਂ 9 ਲੋਕ ਸਭਾ ਹਲਕੇ ਅਜਿਹੇ ਹੈ ਜਿੱਥੇ 10 ਲੱਖ ਨਾਲੋਂ ਵੱਧ ਵੋਟ ਪਈ ਹੈ। ਬਠਿੰਡਾ 'ਚ ਵੀ 11 ਲੱਖ ਤੋਂ ਵੱਧ ਹੈ, ਫਿਰੋਜ਼ਪੁਰ 'ਚ ਵੀ 11 ਲੱਖ ਤੋਂ ਵੱਧ ਹੈ, ਗੁਰਦਾਸਪੁਰ 'ਚ ਵੀ 10 ਲੱਖ ਤੋਂ ਵੱਧ ਹੈ, ਸੰਗਰੂਰ 'ਚ ਵੀ 10 ਲੱਖ ਤੋਂ ਵੱਧ ਹੈ, ਪਟਿਆਲਾ 'ਚ ਵੀ 11 ਲੱਖ ਤੋਂ ਵੱਧ ਹੈ, ਫਰੀਦਕੋਟ 'ਚ ਵੀ 10 ਲੱਖ ਤੋਂ ਵੱਧ ਹੈ, ਖਡੂਰ ਸਾਹਿਬ 'ਚ ਵੀ 10 ਲੱਖ ਤੋਂ ਵੱਧ ਹੈ, ਅਨੰਦਪੁਰ ਸਾਹਿਬ ਦੇ ਵਿੱਚ ਵੀ 10 ਲੱਖ ਤੋਂ ਵੱਧ ਹੈ, ਲੁਧਿਆਣਾ 'ਚ ਵੀ 10 ਲੱਖ ਤੋਂ ਵੱਧ ਹੈ, ਹੈ ਨਾ। ਅਤੇ ਪਰ ਉਹ ਤੋਂ ਇਲਾਵਾ 4 ਲੋਕ ਸਭਾ ਅਜਿਹੇ ਨੇ ਜਿੱਥੇ 10 ਲੱਖ ਤੋਂ ਘੱਟ ਪਈ ਹੈ, ਜਿਨ੍ਹਾਂ 'ਚ ਅੰਮ੍ਰਿਤਸਰ ਹੈ 9,03,000 ਹੈ, ਜਿਨ੍ਹਾਂ 'ਚ ਹੁਸ਼ਿਆਰਪੁਰ ਹੈ 9,42,000 ਹੈ, ਜਿਨ੍ਹਾਂ 'ਚ ਜਲੰਧਰ ਹੈ 9,87,000 ਹੈ, ਅਤੇ ਜਿਨ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਹੈ 9,70,000 ਹੈ। ਸੋ ਇਹ 4 ਲੋਕ ਸਭਾ ਹਲਕੇ ਅਜਿਹੇ ਨੇ ਜਿੱਥੇ 10 ਲੱਖ ਤੋਂ
ਵੋਟ ਘੱਟ ਪਲ ਹੋਈ ਹੈ, ਪਰ ਓਵਰਆਲ ਪੰਜਾਬ ਦੇ ਵਿੱਚ 62.80% ਵੋਟਾਂ ਪੋਲ ਹੋਈਆਂ। ਪਿਛਲੀ ਵਾਰ ਨਾਲੋਂ 3.16% ਵੋਟ ਘੱਟ ਪੋਲ ਹੋਈ ਹੈ ਅਤੇ ਘੱਟ ਪਈ ਵੋਟ ਨੂੰ ਲੈ ਕੇ ਫਿਕਰਮੰਦੀ ਹੈ, ਖਾਸ ਕਰਕੇ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਇਸ ਹਲਕਿਆਂ ਦੇ ਵਿੱਚ ਕਾਫੀ ਵੋਟ ਪਿਛਲੀ ਵਾਰ ਨਾਲੋਂ ਵੀ ਜਾਂ ਓਵਰਆਲ ਵੀ ਘੱਟ ਪੋਲ ਹੋਈ ਹੈ। ਇਸ ਨੂੰ ਲੈ ਕੇ ਅਤੇ ਘੱਟ ਵੋਟ ਪੋਲ ਹੋਣ ਦੇ ਨਾਲ ਨਾ ਸੱਤਾਧਾਰੀ ਧਿਰ ਨੂੰ ਸਮਝ ਆ ਰਹੀ ਹੈ, ਨਾ ਦਿੱਲੀ ਵਾਲੀ ਸੱਤਾਧਾਰੀ ਧਿਰ ਨੂੰ ਸਮਝ ਆ ਰਹੀ ਹੈ, ਨਾ ਹੀ ਜਿਹੜੇ ਵਿਰੋਧੀ ਧਿਰਾਂ ਸੋਚਦੇ ਆ ਕਿ ਅਸੀਂ ਬਾਜ਼ੀ ਮਾਰਾਂਗੇ, ਨਾ ਉਹਨਾਂ ਨੂੰ ਸਮਝ ਆ ਰਹੀ ਹੈ। ਸੋ ਪੂਰਾ ਹਿਸਾਬ ਕਿਤਾਬ ਹੁਣ ਪਾਈ ਇੱਕ ਦਿਨ ਤਾਂ ਰਹਿ ਗਿਆ, ਕੱਲ੍ਹ ਦੀ ਸਵੇਰ ਨੂੰ ਨਤੀਜੇ ਸਾਹਮਣੇ ਹੋਣਗੇ ਅਤੇ ਨਤੀਜੇ ਹੋਣਗੇ ਅਤੇ ਫਿਰ ਉਸ ਪਰ ਚਰਚਾ ਹੋਊਗੀ। ਉਸ ਪਹਿਲੂ 'ਤੇ ਆਪਾਂ ਲੈ ਕੇ ਖਬਰ ਹਾਜ਼ਰ ਹੋਵਾਂਗੇ।